ਨਵਾਂ ਸ਼ਹਿਰ ਲਾਗਲੇ ਪਿੰਡ ਚਾਂਦਪੁਰ ਰੁੜਕੀ ਵਿਖੇ ਪਿਛਲੇ 5 ਸਾਲਾਂ ਤੋਂ ਚੱਲ ਰਹੇ ਕ੍ਰੈਸ਼ਰ ਨੂੰ ਬੰਦ ਕਰਾਉਣ ਲਈ ਅੱਜ ਕੰਡੀ ਸੰਘਰਸ਼ ਕਮੇਟੀ ਵੱਲੋਂ ਥਾਣਾ ਪੋਜੇਵਾਲ ਵਿਖੇ ਧਰਨਾ ਦਿੱਤਾ ਗਿਆ। ਕਮੇਟੀ ਦੇ ਲੋਕਾਂ ਵੱਲੋਂ ਇਹ ਮੰਗ ਰੱਖੀ ਗਈ ਕਿ ਇਲਾਕਾ ਨਿਵਾਸੀਆਂ ਨੂੰ ਇਸ ਨਾਲ ਬਹੁਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕ੍ਰੈਸ਼ਰ ਮਾਲਕ ਦਿਨ ਰਾਤ ਇੱਥੋਂ ਮਾਈਨਿੰਗ ਕਰਕੇ ਕ੍ਰੈਸ਼ਰ ਚਲਾ ਰਹੇ ਨੇ। ਹਾਲਾਤ ਉਸ ਵੇਲੇ ਅਜੀਬੋ ਗਰੀਬ ਹੋ ਗਏ ਜਦੋਂ ਦੂਜੀ ਧਿਰ ਯਾਨੀ ਕਿ ਕ੍ਰੈਸ਼ਰ ਮਾਲਕ ਅਤੇ ਟਰੈਕਟਰ ਟਰਾਲੀਆਂ ਦੇ ਮਾਲਕਾਂ ਨੇ ਵੀ ਕ੍ਰੈਸ਼ਰ ਚਾਲੂ ਰੱਖਣ ਦੀ ਮੰਗ ਨੂੰ ਲੈ ਕੇ ਪੁਲਿਸ ਥਾਣਾ ਪੋਜੇਵਾਲ ਵਿਖੇ ਧਰਨਾ ਲਗਾ ਦਿੱਤਾ। ਦੋਨੋਂ ਪਾਰਟੀਆਂ ਦੇ ਆਮੋ ਸਾਹਮਣੇ ਲੱਗੇ ਧਰਨੇ ਨੂੰ ਵੇਖਦਿਆਂ ਪੁਲਿਸ ਮੁਲਾਜ਼ਮਾਂ ਦੇ ਹੱਥ ਪੈਰ ਫੁੱਲ ਗਏ। ਮੌਕਾ ਵੇਖ ਕੇ ਤਹਿਸੀਲਦਾਰ ਨੇ ਕਿਹਾ ਕਿ ਉਹ ਕ੍ਰੈਸ਼ਰ ਨੂੰ ਮਿਲੀਆਂ ਪ੍ਰਵਾਨਗੀਆਂ ਦਾ ਜਾਇਜ਼ਾ ਲੈਣਗੇ। ਸਾਡੇ ਅੱਜ ਧਰਨੇ ਦਾ ਮਕਸਦ ਹੈ ਜਿਹੜੀ ਸਾਡੇ ਏਰੀਏ ਦੇ ਵਿੱਚ 6 ਪਿੰਡਾਂ ਦੇ ਵਿੱਚ ਬਹੁਤ ਹੀ ਜ਼ੋਰ ਸ਼ੋਰ ਨਾਲ ਮਾਈਨਿੰਗ ਚੱਲ ਰਹੀ ਹੈ। ਉਹ ਮਾਈਨਿੰਗ ਟਿੱਪਰਾਂ ਦੇ ਰਾਹੀਂ ਪੋਪ ਲਾਈਨਾਂ ਦੇ ਰਾਹੀਂ ਚੱਲ ਰਹੀ ਹੈ। ਸਾਨੂੰ ਦਿਨ ਰਾਤ ਲੋਕਾਂ ਨੂੰ ਸੋਣਾ ਨਹੀਂ ਚਾਹੀਦਾ, ਰਾਤ ਨੂੰ ਸੋਣਾ ਨਹੀਂ ਪੈਂਦਾ। ਲੋਕਾਂ ਦਾ ਖੜਕਾ ਇੰਨਾ ਹੁੰਦਾ, ਇੰਨੀ ਆਵਾਜ਼ ਆਉਂਦੀ, ਲੋਕਾਂ ਨੂੰ ਨੀਂਦ ਨਹੀਂ ਆਉਂਦੀ। ਉਹਨਾਂ ਟਿੱਪਰਾਂ ਨੇ ਸਾਡੀਆਂ ਸਾਰੀਆਂ ਫਿਰਨੀਆਂ ਗੋਹਰੀਆਂ ਸੜਕਾਂ ਤੋੜ ਦਿੱਤੀਆਂ, ਲੋਕਾਂ ਨੂੰ ਨੰਗਲ ਨੂੰ ਰਾਹ ਨਹੀਂ ਹੁੰਦਾ। ਜਿਹੜੇ ਉਹ ਮਾਈਨਿੰਗ ਕਰਦੇ ਹੈ ਉਹ ਸਾਰੇ ਹੀ ਟਿੱਪਰ, ਇੱਕ ਖਾਲਸਾ ਕ੍ਰੈਸ਼ਰ ਨਾਂ ਦਾ ਇੱਕ ਕ੍ਰੈਸ਼ਰ ਨਜਾਇਜ਼ ਤੌਰ 'ਤੇ ਲੱਗਿਆ। ਸਾਡੇ ਕੋਲ ਕ੍ਰੈਸ਼ਰ ਦੀਆਂ ਸਾਰੀਆਂ ਹੀ ਬਿਲਕੁਲ ਸਰਕਾਰ ਦੀਆਂ ਗਾਈਡਲਾਈਨਸ ਮੁਤਾਬਕ ਸਾਰੀਆਂ ਮਨਜ਼ੂਰੀਆਂ ਹਨ, ਜਿਨ੍ਹਾਂ ਮਨਜ਼ੂਰੀਆਂ ਦੇ ਤਹਿਤ ਅਸੀਂ ਕ੍ਰੈਸ਼ਰ ਲਗਾਇਆ ਹੋਇਆ ਹੈ। ਇਸ ਕਾਮਰੇਡ ਟੋਲੇ ਵੱਲੋਂ, ਅਨਪੜ੍ਹ ਟੋਲੇ ਵੱਲੋਂ ਇਹ ਸਾਨੂੰ ਕਿਹਾ ਜਾਂਦਾ ਨਜਾਇਜ਼ ਕੇਸਰ ਲਗਾਇਆ। ਸਾਡੇ ਕ੍ਰੈਸ਼ਰ 'ਤੇ ਆ ਕੇ ਪਹਿਲਾਂ ਇਸਨੇ ਪੈਸੇ ਦੀ ਮੰਗ ਕੀਤੀ, ਫਿਰ ਆ ਕੇ ਉਹ ਨਹੀਂ ਦਿੱਤੇ ਤਾਂ ਕਹਿੰਦਾ ਤੁਹਾਡਾ ਕ੍ਰੈਸ਼ਰ ਬੰਦ ਕਰਾ ਦਿਆ।